पिछले कई दिनों तो पंजाब दे दो पुत्तां दी वीडियो वायरल हो रही है ते अज तक ओह पंजाब दे विच वापस तां नहीं आए। मंत्री कुलदीप सिंह धालीवाल जी ने अगे वड्डे अफसरां नाल भी गलबात कीती, मंग पत्र भी दिता कि साडे जो ये भरा ने इन्होंने कोई दोष नहीं किया तो इन्हों साडे पंजाब वापस भेजा जाए, जो भी कार्रवाई आ ਉਹ ਕੀਤੀ ਜਾਵੇ। ਅੱਗੇ ਵੱਡੇ ਅਫਸਰਾਂ ਨੂੰ ਵੀ ਕਿਹਾ ਗੱਲ ਕਰਨ ਲਈ, ਪਰਿਵਾਰ ਦੇ ਕੋਲ ਵੀ ਜਾ ਕੇ ਆਏ, ਪਰ ਹੁਣ ਸਰਕਾਰਾਂ ਦਾ ਕੁਝ ਨਹੀਂ ਕਰ ਰਹੀਆਂ ਅਤੇ ਉਹਨਾਂ ਦੇ ਪਰਿਵਾਰ ਨਾਲ ਵੀ ਕੋਈ ਗੱਲਬਾਤ ਨਹੀਂ, ਪਰਿਵਾਰ ਐਸ ਜੀ ਪੀ ਸੀ ਕੋਲ ਵੀ ਜਾ ਕੇ ਆਇਆ। ਪਰ ਦੋਸਤੋ ਇਸ ਕਾਂਡ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਆ ਕਿ ਹੁਣ ਆਸਟ੍ਰੇਲੀਆ ਦੀ ਸਰਕਾਰ ਵੀ ਸਖ਼ਤ ਹੋ ਗਈ ਆ, ਉੱਥੇ ਦਾ ਪ੍ਰਸ਼ਾਸਨ ਵੀ ਸਖ਼ਤ ਹੋ ਗਿਆ। ਉਹ ਕਿਉਂ? ਕਿਉਂਕਿ ਹੁਣ ਉੱਥੇ ਪੰਜਾਬੀ ਸਟੂਡੈਂਟ ਬੈਨ ਕਰ ਦਿੱਤੇ ਆ, ਪੰਜਾਬੀ ਸਟੂਡੈਂਟ ਬੈਨ ਕਰ ਦਿੱਤੇ ਆਸਟ੍ਰੇਲੀਆ ਪ੍ਰਸ਼ਾਸਨ ਨੇ। ਪਤਾ ਕਿਉਂ? ਕਿਉਂਕਿ ਉਹ ਸਭ ਜਾਣਦੇ ਨੇ, ਯੂਨੀਵਰਸਿਟੀਆਂ ਦੇ ਜੋ ਏਜੰਟ ਨੇ ਉਹਨਾਂ ਨੂੰ ਵੀ ਤਾੜਿਆ, ਯੂਨੀਵਰਸਿਟੀਆਂ ਨੂੰ ਵੀ ਤਾੜਿਆ। ਕਾਰਨ ਕੀ ਆ? ਸਿਰਫ ਇੱਕ ਆ, ਕਿਉਂਕਿ ਆਪਾਂ ਦੇਖੋ, ਆਪਾਂ ਕੋਈ ਵੀ ਆਪਣਾ ਬੱਚਾ ਭੇਜਦੇ ਹਾਂ, ਮਾਂ ਬਾਪ ਆਪਣਾ ਬੱਚਾ ਭੇਜਦੇ ਨੇ, ਕੋਈ ਵੀ ਕੁਛ ਵੀ ਕਰਕੇ ਪੈਸੇ ਚਾਹੇ ਲਾ ਕੇ ਜ਼ਮੀਨਾਂ ਗਹਿਣੇ ਰੱਖ ਕੇ ਆਪਣੇ ਬੱਚੇ ਭੇਜਦੇ ਨੇ ਨਾ, ਸਿਰਫ ਉੱਥੇ ਪੈਸਾ ਕਮਾਉਣ ਵਾਸਤੇ ਭੇਜਦੇ ਆ। ਕਦੇ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਉੱਥੇ ਸਟੱਡੀ ਕਰਨ ਗਿਆ, ਸਾਡਾ ਬੱਚਾ ਤਾਂ ਅਮਰੀਕਾ ਗਿਆ, ਕੈਨੇਡਾ ਗਿਆ, ਆਸਟ੍ਰੇਲੀਆ ਗਿਆ, ਪੈਸਾ ਕਮਾਉਣ ਵਾਸਤੇ ਗਿਆ। ਅਤੇ ਆਪਾਂ ਘਰੋਂ ਹੀ ਇਹੀ ਸੋਚ ਲੈ ਕੇ ਚੱਲਦੇ ਹਾਂ ਕਿ ਸਾਡਾ ਪੋਤਾ ਉੱਥੇ ਜਾ ਕੇ ਡਾਲਰ ਕਮਾਊਗਾ, ਜਿਹੜਾ ਜਾ ਰਿਹਾ ਉਹ ਵੀ ਇਹੀ ਸੋਚਦਾ ਕਿ ਬਸ ਉੱਥੇ ਜਾ ਕੇ ਤਾਂ ਆਪਾਂ ਕਰਜ਼ੇ ਸਾਰੇ ਤਾਰ ਦੇਣੇ ਆ, ਪੈਸੇ ਕਮਾਉਣੇ ਆ, ਡਾਲਰ ਕਮਾਉਣੇ ਆ, ਜੋ ਵੀ ਪੈਸਾ। ਪਰ ਉੱਥੇ ਦੀਆਂ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੇ ਮੁਲਕ ਤੋਂ ਕਿਹੜੇ ਲੋਕ ਆ ਰਹੇ ਨੇ ਅਤੇ ਕਿਉਂ ਆ ਰਹੇ ਨੇ, ਸਟੱਡੀ ਕਰਨ ਆ ਰਹੇ ਨੇ ਜਾਂ ਕੰਮ ਕਰਨ ਆ ਰਹੇ ਨੇ। ਹੁਣ ਆਸਟ੍ਰੇਲੀਆ ਦਾ ਪ੍ਰਸ਼ਾਸਨ ਇਸ ਗੱਲ ਨੂੰ ਹੀ ਲੈ ਕੇ ਬੈਠਾ ਕਿ ਜਿਹੜੇ ਇੰਡੀਆ ਤੋਂ ਸਟੂਡੈਂਟ ਆਉਂਦੇ ਨੇ ਉਹ ਇੱਥੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਨਹੀਂ ਆਉਂਦੇ, ਸਟੱਡੀ ਕਰਨ ਵਾਸਤੇ ਨਹੀਂ ਆਉਂਦੇ, ਉਹ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ ਸਿਰਫ ਪੈਸਾ ਕਮਾਉਣ ਲਈ, ਨੌਕਰੀਆਂ 'ਤੇ ਲੱਗਣ ਲਈ। ਇੱਕ ਘੰਟਾ ਕਾਲਜ ਦੇ ਵਿੱਚ ਜਾਂਦੇ ਨੇ, ਉਸ ਤੋਂ ਬਾਅਦ ਉਹ ਕੰਮਾਂ 'ਤੇ ਲੱਗ ਜਾਂਦੇ ਨੇ, ਕੰਮ ਕਰਨ ਲੱਗ ਜਾਂਦੇ ਨੇ। ਇਹ ਉੱਥੇ ਦੇ ਪ੍ਰਸ਼ਾਸਨ ਨੂੰ ਪਤਾ ਅਤੇ ਆਪਣੇ ਬੰਦੇ ਵੀ ਤਾਂ ਹੀ ਜਾਂਦੇ ਨੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਕਿ ਉੱਥੇ ਇੱਕ ਅੱਧਾ ਘੰਟਾ ਕਾਲਜ ਆਵਾਂਗੇ, ਅਤੇ ਗਏ ਹੋਏ ਵੀ ਨੇ, ਪਤਾ ਵੀ ਹੋਗਾ ਮੇਰੀ ਵੀਡੀਓ ਦੇਖ ਰਹੇ ਨੇ, ਅਤੇ ਉਸ ਤੋਂ ਬਾਅਦ ਕੋਈ ਕੰਮ ਕਰ ਲੱਭ ਲਾਂਗੇ, ਪਾਰਟ ਟਾਈਮ ਕੰਮ ਕਰੀ ਜਾਵਾਂਗੇ, ਨਾਲੇ ਪੜ੍ਹਾਈ ਦਾ ਖਰਚਾ ਅਤੇ ਨਾਲੇ ਪੈਸੇ ਕਮਾਵਾਂਗੇ। ਇਹੀ ਸੋਚ ਕੇ ਜਾਂਦੇ ਹੋ ਨਾ ਤੁਸੀਂ? ਹੁਣ ਆਸਟ੍ਰੇਲੀਆ ਦੇ ਪ੍ਰਸ਼ਾਸਨ ਨੇ, ਸਰਕਾਰ ਨੇ ਸਖ਼ਤਾਈ ਕਰ ਦਿੱਤੀ ਹੈ ਕਿ ਇੰਡੀਆ ਤੋਂ ਕੁਝ ਸਟੇਟਾਂ ਦੇ ਸਟੂਡੈਂਟ ਜਿਹੜੇ ਆ ਰਹੇ ਨੇ ਉਹਨਾਂ ਨੂੰ ਅਸੀਂ ਬੈਨ ਕਰ ਰਹੇ ਹਾਂ। ਉਹਨਾਂ ਦੇ ਵਿੱਚ ਪਤਾ ਕੌਣ ਕੌਣ ਨੇ? ਪੰਜਾਬ, ਹਰਿਆਣਾ, ਯੂਪੀ, ਜੰਮੂ ਕਸ਼ਮੀਰ। ਪੰਜਾਬ, ਹਰਿਆਣਾ, ਯੂਪੀ, ਜੰਮੂ ਕਸ਼ਮੀਰ, ਇਹਨਾਂ ਸਟੇਟਾਂ ਦੇ ਸਟੂਡੈਂਟਾਂ 'ਤੇ ਹਜੇ ਫਿਲਹਾਲ ਰੋਕ ਲਾ ਦਿੱਤੀ ਆ, ਉਹਨਾਂ ਦੇ ਵੀਜ਼ਿਆਂ 'ਤੇ ਰੋਕ ਲਾ ਦਿੱਤੀ ਆ ਕਿ ਅਸੀਂ ਹੋਲਡ ਦੇ ਵਿੱਚ ਪਾ ਦਿੱਤੇ ਨੇ, ਜੂਨ ਤੋਂ ਬਾਅਦ ਸੋਚਾਂਗੇ, ਮਈ ਚੱਲ ਰਿਹਾ ਬਸ ਜੂਨ ਚੱਲ ਜਾਣਾ, ਮੀਟਿੰਗ ਕਰਾਂਗੇ, ਸੋਚਾਂਗੇ ਕਿ ਇਹਨਾਂ ਸਟੂਡੈਂਟ ਨੂੰ ਆਸਟ੍ਰੇਲੀਆ ਆਉਣ ਦੀ ਆਗਿਆ ਦਿੱਤੀ ਜਾਵੇ ਜਾਂ ਨਹੀਂ। ਹੁਣ ਗੱਲ ਇੱਥੇ ਹੈ ਕਿ ਆਪਾਂ ਤਾਂ ਹੁਸ਼ਿਆਰ ਹਾਂ, ਪਰ ਜਿਹੜੇ ਡਾਲਰ ਦੇ ਰਹੇ ਨੇ ਤੁਹਾਨੂੰ ਉਹ ਤੁਹਾਡੇ ਤੋਂ ਵੀ ਬੜੇ ਤਕੜੇ ਹੁਸ਼ਿਆਰ ਬੈਠੇ ਨੇ। ਹੁਣ ਤੁਸੀਂ ਪੈਸਾ ਦਿੱਤਾ ਹੋਏਗਾ, ਆਇਲਸ ਕੀਤੀ ਹੋਏਗੀ, ਜੋ ਵੀ ਆ, ਕੋਈ ਕਹਿੰਦਾ ਡੋਂਕੀ ਰਾਹੀਂ ਜਾਣਾ, ਸੋਚ ਸਮਝ ਕੇ ਜਾਇਓ। ਉੱਥੇ ਦਾ ਪ੍ਰਸ਼ਾਸਨ ਨਾ ਹੁਣ ਸਖ਼ਤ ਹੋ ਗਿਆ, ਹਾਲਾਂਕਿ ਸਾਡੇ ਭਾਰਤ ਦੇ ਪੀ ਐੱਮ ਮੋਦੀ ਸਾਹਿਬ ਕੁਝ ਦਿਨ ਪਹਿਲਾਂ ਇੱਕ ਸਾਰੀਆਂ ਕੰਟਰੀਆਂ ਦੇ ਮੰਤਰੀਆਂ ਕੋਲ ਗਏ ਸੀ, ਉਹ ਤਾਂ ਗਏ ਸੀਗੇ ਵੀ ਉੱਥੇ ਅਸੀਂ ਕੀ ਕਰਾਂਗੇ, ਗੱਲਬਾਤ ਕਰਕੇ ਨਾ ਆਪਣੇ ਜਿਹੜੇ ਭਾਰਤ ਦੀ ਪੜ੍ਹਾਈ ਆ ਉਹ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਲਾਗੂ ਹੋਵੇ, ਵੀ ਉੱਥੇ ਵੀ ਮੰਨੀ ਜਾਵੇ, ਠੀਕ ਹੈ, ਜਿੱਥੇ ਉੱਥੇ ਜਾ ਕੇ ਸਟੂਡੈਂਟ ਪੜ੍ਹਦੇ ਨੇ ਇੱਥੇ ਦੀ ਡਿਗਰੀ ਵੀ ਉੱਥੇ ਜਿਵੇਂ ਪੜ੍ਹਾਈ ਕਰਨੀ ਪੈਂਦੀ ਆ ਉੱਥੇ ਬੱਚਿਆਂ ਨੂੰ, ਇੱਥੇ ਦੀ ਡਿਗਰੀ ਉੱਥੇ ਚੱਲੇ ਅਤੇ ਬੱਚੇ ਨੂੰ ਸਿੱਧਾ ਕੰਮ ਕਰ ਮਿਲੇ, ਉਸਦਾ ਉਲਟੇ ਹੋ ਗਿਆ। ਮੋਦੀ ਸਾਹਿਬ ਤਾਂ ਗਏ ਸੀ ਕੰਮ ਸੁਲਝਾਉਣ, ਮਾਮਲਾ ਸੁਲਝਾਉਣ, ਪਰ ਉਸਦਾ ਉਲਟ ਹੋ ਗਿਆ। ਪ੍ਰਸ਼ਾਸਨ ਨੇ, ਆਸਟ੍ਰੇਲੀਆ ਦੇ ਨੇ ਕੁਝ ਹੋਰ ਕਰ ਦਿੱਤਾ ਕਿ ਜਿਹੜੇ ਜਿਹੜੇ ਪੰਜਾਬ, ਹਰਿਆਣਾ, ਯੂਪੀ, ਜੰਮੂ ਕਸ਼ਮੀਰ ਤੋਂ ਸਟੂਡੈਂਟ ਆਉਂਦੇ ਨੇ ਇਹਨਾਂ 'ਤੇ ਰੋਕ ਲਗਾ ਦਿੱਤੀ ਜਾਵੇ ਫਿਲਹਾਲ,
अगे सोचांगे इन्हां बारे इन्हां नूं वीज़ा दिता जावे या ना, क्योंकि ये की करते ने आते ने कॉलेज लग जाते ने, ठीक है, तो उत्थे जाके एक घंटा डेली क्लास लाते हैं, उस तो बाद कम ते पढ़न तो आते नहीं, ये सिर्फ कम ते जाके पैसा कमा के अपने घरे पैसे भेजते हैं। ज्यादा बच्चा यह है कि भी उत्थे पढ़े साल दो साल, खर्चा घरों मंगवावे तो उत्थे पढ़े, पर यह की करते नहीं घंटा आके उस तो बाद पांच सत्त घंटे ला के अपनी ड्यूटी पूरी करके घरे ये काम कर रहे हैं। हुण आस्ट्रेलिया सरकार सख्त हो गई है कि जड़े जड़े भी इत्थे आउण बारे सोच रहे ने पहला परिवार नाल हुण सलाह करके आयो कि इत्थे आके कुछ भी हो सकदा, जे तुसी वीजा लैके आउंदे हो सकदा कि उत्थे आके तुहानूं पढ़ाई करनी पवे, ये नहीं हैगा तुसी जाओगे उत्थे आके स्टडी ते जाओ एक घंटा उस तों बाद कम, क्योंकि प्रशासन कुछ भी कर सकदा, बदलाव कर सकदा कि जड़े नवे स्टूडेंट आए ने उन्हां नूं सिर्फ कॉलेज ही चाहिदा ते उस तों बाद कोई भी उन्हां नूं कम करन दी लोड़ नहीं, ना कम दिता जाए, अजिहा रूल लागू कर देन। तो हुण भरावो सोच समझ के जायो, अस तां इही कहिंदे आं कि अपने पंजाब च इंडिया च रहो ते इत्थे रह के तुसी पैसा कमाओ, घट कमा लो, माँ बाप कोल तां रहोगे, घट कमा लो, घट खा लो, घरे तां आओगे शाम नूं, उत्थे जाके ना कोई आ सकदा ना कोई जा सकदा, फिर गोरे काले वितकरा भी करदे आ जिवें आपां इत्थे भईआं दे करदे आ, बड़ियां चीज़ां ने। ਤਾਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਕਿ ਆਸਟ੍ਰੇਲੀਆ ਪ੍ਰਸ਼ਾਸਨ ਨੇ ਸਰਕਾਰ ਨੇ ਹਜੇ ਇੰਡੀਆ ਦੇ ਕੁਝ ਸਟੇਟਾਂ ਦੇ ਸਟੂਡੈਂਟ ਦੇ ਵੀਜ਼ੇ ਰੋਕ ਦਿੱਤੇ ਨੇ, ਉਹਨਾਂ ਲਈ ਵੱਡੀ ਚੇਤਾਵਨੀ ਦਿੱਤੀ ਉਹਨਾਂ ਨੂੰ ਕਿ ਤੁਸੀਂ ਇੱਥੇ ਆਉਂਦੇ ਹੋ ਪੜ੍ਹਨ ਪਰ ਤੁਸੀਂ ਇੱਥੇ ਆ ਕੇ ਕੰਮ ਕਰਦੇ ਹੋ। ਜੂਨ ਮਹੀਨੇ 'ਚ ਕਿਹਾ ਕਿ ਹਜੇ ਸੋਚਾਂਗੇ ਇਸ ਬਾਰੇ, ਇਹ ਨਹੀਂ ਪੱਕਾ ਨਹੀਂ ਕਹਿੰਦੇ ਕਿ ਅਸੀਂ ਵੀਜ਼ੇ ਦੇਣੇ ਸ਼ੁਰੂ ਕਰ ਦਾਂਗੇ, ਸੋਚਾਂਗੇ, ਸੋਚਣ ਤੋਂ ਬਾਅਦ ਗੱਲਬਾਤ ਕਰਕੇ ਹੀ ਅਸੀਂ ਵੀਜ਼ੇ ਸ਼ੁਰੂ ਕਰਾਂਗੇ, ਫਿਲਹਾਲ ਦੀ ਘੜੀ ਤੁਸੀਂ ਆਪਣੇ ਘਰਾਂ 'ਚ ਰਹੋ, ਇਹ ਗੱਲ ਕਹੀ ਆ। ਅਤੇ ਹੁਣ ਬਾਹਰ ਜਾਣ ਬਾਰੇ ਆਪਾਂ ਸੋਚ ਤਾਂ ਲੈਂਦੇ ਹਾਂ, ਉੱਥੇ ਜਾ ਕੇ ਕੀ ਬਣੇਗਾ ਤੁਹਾਡੇ ਬਾਰੇ ਤੁਹਾਡੇ ਨਾਲ, ਕਿਸੇ ਨੂੰ ਨਹੀਂ ਪਤਾ। ਹੁਣ ਜਿਹੜੇ ਆਪਣੇ ਪੰਜਾਬ ਦੇ ਦੋ ਪੰਜਾਬੀ ਭਰਾ ਗਏ ਹੋਏ ਨੇ, ਸ਼ਾਇਦ ਗੁਰਮੇਲ ਸਿੰਘ ਅਤੇ ਅਜੇ ਪਾਲ ਸ਼ਾਇਦ ਨਾਮ, ਹੁਣ ਆਪਾਂ ਨੂੰ ਕੀ ਪਤਾ ਉਹ ਵਿਚਾਰੇ ਕਿਵੇਂ ਗਏ ਕਿਵੇਂ ਨਹੀਂ ਗਏ ਵਿਚਾਰੇ, ਹੈ ਨਾ, ਅਤੇ ਬਸ ਉਹਨਾਂ ਇੰਡੋਨੇਸ਼ੀਆ ਜਾ ਕੇ ਕਿਡਨੈਪ ਕਰ ਲਿਆ, ਉਹਨਾਂ ਨੂੰ ਰੋਟੀ ਪਾਣੀ ਵਾਸਤੇ ਬਿਠਾਤਾ ਵੀ ਅਸੀਂ ਦਿੰਦੇ ਹਾਂ ਤੁਹਾਨੂੰ, ਪਰ ਉਸ ਤੋਂ ਬਾਅਦ ਉਹਨਾਂ ਨਾਲ ਮਾਰ ਕੁਟਾਈ ਕੀਤੀ। ਹੁਣ ਗੱਲ ਹੋਈ ਆ ਨਹੀਂ ਹੋਈ ਆ ਆਪਸ ਦੇ ਵਿੱਚ ਉਹ ਲੜ ਪਏ ਜਿਹੜੇ ਜਿਹਨਾਂ ਕਿਡਨੈਪ ਕੀਤਾ ਡੰਕ, ਵੀ ਪੈਸੇ ਕੁਛ ਹੋਇਆ ਸੀਗੇ ਪੈਸੇ ਕਰਕੇ ਕੋਈ ਰੌਲਾ ਪੈ ਗਿਆ, ਅਤੇ ਇਹਨਾਂ ਨੇ ਕੀ ਕੀਤਾ ਫਿਰ ਉੱਥੋਂ ਮੌਕਾ ਦੇਖ ਕੇ ਭੱਜ ਗਏ, ਪਿੱਛੋਂ ਕੀ ਹੋਇਆ ਕਿਸੇ ਨੂੰ ਨਹੀਂ ਪਤਾ, ਪਰ ਕਤਲ ਦਾ ਇਲਜ਼ਾਮ ਇਹਨਾਂ 'ਤੇ ਲੱਗਿਆ ਕਿ ਇਹਨਾਂ ਨੇ ਕਤਲ ਕੀਤਾ। ਹੁਣ ਭਰਾਵੋ ਜੇ ਇਹਨਾਂ ਨੇ ਕਤਲ ਕੀਤਾ ਹੁੰਦਾ ਅਗਲੇ ਮੰਨ ਜਾਂਦੇ, ਜਾਂ ਉੱਥੇ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਆਉਂਦੇ, ਪਰ ਆਪਾਂ ਦਾ ਬਸ ਇਲਜ਼ਾਮ ਲਾਉਣਾ ਸੀ ਲਾਤਾ, ਏਜੰਟਾਂ ਦੀ ਗੱਲ ਕਰ ਰਹੇ ਮੈਂ, ਤੁਸੀਂ ਏਜੰਟਾਂ ਦੇ ਹੱਥ 'ਚ ਚੜ੍ਹ ਜਾਂਦੇ ਹੋ, ਇਲਜ਼ਾਮ ਲਾਤਾ ਅਗਲਿਆਂ ਨੇ ਅਤੇ ਹੁਣ ਫਸਾਏ ਬੈਠੇ ਨੇ ਸਾਡੇ ਭਰਾ। ਤਾਂ ਭਰਾਵੋ ਜੇ ਬਾਹਰ ਜਾਣਾ ਚਾਹੁੰਦੇ ਹੋ, ਹੁਣ ਪ੍ਰਸ਼ਾਸਨ ਉੱਥੇ ਦੀ ਸਰਕਾਰ ਵੀ ਸਖ਼ਤ ਹੋ ਗਈ ਆ ਕਿ ਸਾਨੂੰ ਪਤਾ ਸਭ ਜਿੰਨੇ ਵੀ ਬਾਹਰਲੀਆਂ ਕੰਟਰੀਆਂ ਤੋਂ ਲੋਕ ਆ ਰਹੇ ਨੇ ਨਾ, ਇੱਥੇ ਪੜ੍ਹਨ ਪੁੜ੍ਹਨ ਨਹੀਂ ਆਉਂਦੇ, ਇੱਥੇ ਸਿਰਫ ਕੰਮ ਲਈ ਆਉਂਦੇ ਨੇ, ਪੜ੍ਹਨ ਦਾ ਤਾਂ ਇੱਕ ਦਿਖਾਵਾ ਡਰਾਮੇ ਨੇ ਕਿ ਅਸੀਂ ਪੜ੍ਹਨ ਆ ਰਹੇ ਹਾਂ ਪਰ ਇੱਥੇ ਕੰਮ ਕਰਨ ਆ ਰਹੇ ਨੇ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਕੁਝ ਪਤਾ ਲੱਗਿਆ ਹੋਵੇ ਕਿ ਆਸਟ੍ਰੇਲੀਆ ਸਰਕਾਰ ਨੇ ਹਜੇ ਇੰਡੀਆ ਦੀਆਂ ਕੁਝ ਸਟੇਟਾਂ ਦੇ ਸਟੂਡੈਂਟਾਂ ਦੇ ਵੀਜ਼ੇ ਰੋਕ ਰੱਖੇ ਨੇ, ਲਾ ਦਿੱਤੀ ਆ ਰੋਕ, ਅਤੇ ਸਾਡੇ ਪੰਜਾਬੀ ਭਰਾ ਉਮੀਦ ਕਰਦੇ ਆ ਉਹ ਜਲਦੀ ਸਾਡੇ ਪੰਜਾਬ ਆਉਣ ਜੋ ਇੰਡੋਨੇਸ਼ੀਆ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ। ਜੇਕਰ ਤੁਹਾਨੂੰ ਕੁਝ ਠੀਕ ਲੱਗਿਆ ਹੋਵੇ ਵੀਡੀਓ ਦੇ ਵਿੱਚ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਧੰਨਵਾਦ। ਚੈਨਲ 'ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।